ਹੈਲੋ ਜੈ ਐਮ ਸੀ ਜੀ ਸਾਰਿਆਂ ਨੂੰ, ਔਰ ਮੇਰਾ ਨਾਮ ਸਰਬਜੀਤ ਆ। ਮੈਂ ਕਲਕੱਟੇ ਤੋਂ ਆਈ ਹਾਂ, ਪਹਿਲੀ ਵਾਰ ਆਈ ਹਾਂ, ਔਰ ਮੈਂ ਪਰਮਾਤਮਾ ਦੀ ਸੋਭਾ ਸੁਣੀ ਆ। ਅਤੇ ਇੱਥੇ ਮੇਰੀ ਮੰਮੀ ਪਹਿਲਾਂ ਆਉਂਦੇ ਸੀਗੇ, ਅਤੇ ਮੈਂ ਵਿਸ਼ਵਾਸ ਨਹੀਂ ਕਰਦੀ, ਮੈਂ ਕਿਹਾ ਮੈਂ ਉੱਥੇ ਨਹੀਂ ਕਿ ਜਾਣਾ, ਅਤੇ ਮੈਨੂੰ ਤਾਂ ਆਪਣੇ ਰੱਬ 'ਤੇ ਭਰੋਸਾ ਵਾ। ਔਰ ਪਰਮਾਤਮਾ ਨੇ ਪਤਾ ਨਹੀਂ ਕੀ ਦੁਸ਼ਟ ਨੇ ਸਾਡੇ ਨਾਲ ਇਹ ਚਾਲ ਚਲਾਈ, ਔਰ ਮੈਂ ਵੀ ਵਿਸ਼ਵਾਸ ਕੀਤਾ, ਮੇਰੇ ਬੱਚਿਆਂ ਨੇ ਵਿਸ਼ਵਾਸ ਕੀਤਾ, ਅਤੇ ਅੱਜ ਅਸੀਂ ਇਸ ਸਤਸੰਗ ਦੇ ਵਿੱਚ ਆਏ ਹਾਂ। ਔਰ ਮੇਰਾ ਬੱਚਾ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ, ਨਾਮ ਉਹਦਾ ਅੰਮ੍ਰਿਤ ਪਾ ਰਿਹਾ, ਉਹ 3-4 ਵਾਰੀ ਆ ਚੁੱਕਾ ਇੱਥੇ। ਔਰ ਸਕੂਲ ਦੇ ਵਿੱਚੋਂ ਟੀਚਰਾਂ ਨੇ ਨਾ ਉਹਦਾ ਮੋਬਾਈਲ ਦਾ ਨਾਂ ਲਾ ਦਿੱਤਾ, ਕਿ ਜਿਹੜਾ ਉਹ ਬੱਚੇ ਨੇ ਕੰਮ ਨਹੀਂ ਸੀ ਕੀਤਾ। ਮੈਂ ਫਿਰ ਵੀ ਟੀਚਰਾਂ ਨੂੰ ਕਿਹਾ ਕਿ ਮੈਂ ਬੱਚੇ 'ਤੇ ਵਿਸ਼ਵਾਸ ਨਹੀਂ ਕਰ ਸਕਦੀ, ਉਹ ਪਰਮਾਤਮਾ ਜਾਣਦਾ ਵਾ ਕਿ ਉਹਨੇ ਚੁੱਕਿਆ ਵਾ ਜਾਂ ਨਹੀਂ ਚੁੱਕਿਆ। ਅਤੇ ਔਰ ਸਰ ਜੀ ਉਹਨਾਂ ਨੂੰ ਅਸੀਂ ਫੋਨ ਕੀਤਾ ਕਿ ਸਰ ਜੀ ਆਹ ਨਾਮ ਲੱਗਣ ਡਿਆ ਵਾ, ਮੇਰੇ ਸਰ ਜੀ ਉਹਨਾਂ ਦੇ ਨਾਲ ਮੇਰਾ ਕੋਈ ਮੇਲ ਵੀ ਨਹੀਂ ਸੀ ਹੋਇਆ, ਬਸ ਫੋਨ 'ਤੇ ਹੀ ਗੱਲ ਕੀਤੀ ਸੀ 1-2 ਵਾਰੀ। ਸਰ ਜੀ ਉਹਨਾਂ ਨੇ ਪ੍ਰਾਰਥਨਾ ਕੀਤੀ, ਕਹਿੰਦੇ ਕਿ ਤੁਹਾਡਾ ਬੱਚਾ ਸਕੂਲ ਤੋਂ ਭੱਜ ਗਿਆ ਵਾ, ਨਹੀਂ ਲੱਭ ਰਿਹਾ, ਅਤੇ ਕੋਈ ਗੱਲ ਨਹੀਂ ਸਿਸਟਰ ਉਹ ਆ ਚੁੱਕਾ ਵਾ। ਜਦੋਂ ਮੈਂ ਫੋਨ ਸੁਣ ਕੇ ਅਤੇ ਰੱਖਿਆ ਸੀ, ਅਤੇ ਬੱਚਾ ਜਿਹੜਾ ਉਹ ਬਾਹਰੋਂ ਐਂਟਰੀ ਕਰਦਾ ਆਉਣ ਡਿਆ ਅੰਦਰ ਨੂੰ, ਤਾਂ ਪਰਮਾਤਮਾ ਨੇ ਧੰਨਵਾਦ ਕੀਤਾ ਕਿ ਜੇ ਉਹ ਪਰਮੇਸ਼ਵਰ ਨੂੰ ਜਾਣਦੇ ਆ, ਉਹਨਾਂ ਪਰਮੇਸ਼ਵਰ ਦਾ ਕੰਮ ਕਰਦੇ ਆ, ਤਾਂ ਉਹਨਾਂ 'ਚ ਪਰਮਾਤਮਾ ਦੀ ਸਮਰਥਾ ਹੈਗੀ ਹੈ, ਅਤੇ ਇਹ ਕੰਮ ਹੋਇਆ ਵਾ। ਮੈਂ ਉਸੇ ਦਿਨ ਵਿਸ਼ਵਾਸ ਕੀਤਾ ਕਿ ਨਹੀਂ ਪਰਮਾਤਮਾ, ਜੇ ਬੱਚੇ ਨੇ ਕੋਈ ਗਲਤੀ ਕੀਤੀ ਵੀ ਜੇ ਨਹੀਂ, ਇਹ ਮੈਂ ਨਹੀਂ ਜਾਣਦੀ, ਇਹ ਤੂੰ ਜਾਣਦਾ ਵਾ, ਔਰ ਬੱਚਿਆਂ ਨੂੰ ਸਮਝਦਾਰ ਅਤੇ ਬੁੱਧੀਮਾਨ ਬਣਾ ਚੁੱਕਾ ਵਾ। ਔਰ ਜਦ ਸ਼ਾਮ ਦੇ ਟਾਈਮ ਹੋਇਆ, ਤਾਂ 3 ਗੱਡੀਆਂ ਸਾਡੇ ਘਰੇ ਭਰ ਕੇ ਆ ਗਿਆ ਪਿੰਡ ਏਕਲਗੱਡਾ ਦੇ ਵਿੱਚ, ਅਤੇ ਮੈਂ ਇੱਕਦਮ ਘਬਰਾ ਗਈ ਕਿ ਮਤਲਬ ਮੈਂ ਤਾਂ ਆਪਣੇ ਪੇਕਿਆਂ ਦੇ ਘਰੇ ਰਹਿ ਰਹੀ ਹਾਂ, ਅਤੇ ਇਹ ਬੱਚਾ ਹੀ ਆ, ਅਤੇ ਜਾਂ ਛੋਟੀ ਬੱਚੀ, ਮੇਰਾ ਮਾਂ ਪਿਓ ਬਜ਼ੁਰਗ ਆ ਮੇਰੇ ਕੋਲ ਰਹਿ ਰਿਹਾ, ਸਾਡਾ ਕਿਹੜਾ ਕੋਈ ਹੋਰ ਸਹਾਰਾ ਵਾ, ਅਸੀਂ ਕਿਹਨੂੰ ਆਵਾਜ਼ ਮਾਰ ਕੇ ਲਿਆਈਏ। ਮੈਂ ਹੋਰ ਕਿਸੇ ਨੂੰ ਆਵਾਜ਼ ਨਹੀਂ ਮਾਰੀ, ਮੈਂ ਸਰ ਜੀ ਉਹਨਾਂ ਨੂੰ ਆਵਾਜ਼ ਮਾਰੀ ਕਿ ਸਰ ਜੀ 3 ਗੱਡੀਆਂ ਭਰ ਕੇ ਆ ਗਈਆਂ ਵਾ, ਅਤੇ ਮਤਲਬ ਮੁੰਡੇ ਜਿਹੜੇ ਆ ਉਹ ਹੈਗੇ ਵਾ ਬਹੁਤ ਤਗੜੇ ਤਗੜੇ, ਵੀ ਇਸ ਤਰ੍ਹਾਂ ਮਤਲਬ ਡਰਾਉਣ 'ਚ ਆ ਗਏ, ਜਿੱਦਾਂ ਗੁੰਡਾਗਰਦੀ ਕਰਨ ਵਾਲੇ ਨਸ਼ਿਆਂ ਨਾਲ ਲੇੜੇ ਸੀਗੇ। ਸਰ ਕਹਿੰਦੇ ਕੋਈ ਗੱਲ ਨਹੀਂ ਸਿਸਟਰ, ਤੁਸੀਂ ਵਿਸ਼ਵਾਸ ਕਰੋ, ਜਾ ਚੁੱਕੇ ਆ। ਪਹਿਲਾਂ ਤਾਂ ਉਹਨਾਂ ਨੇ ਸਾਨੂੰ ਬੜੀਆਂ ਧਮਕੀਆਂ ਧੁਮਕੀਆਂ ਲਾਈਆਂ, ਮੈਂ ਕਿਹਾ ਕੋਈ ਗੱਲ ਨਹੀਂ ਵੀਰ ਜੀ, ਇਹ ਬੱਚਾ ਮੈਂ ਤੁਹਾਡੇ ਸਾਹਮਣੇ ਹੀ ਆ ਤੁਹਾਡੇ, ਅਤੇ ਤੁਸੀਂ ਇਹਨੂੰ ਜਿੱਥੇ ਮਰਜ਼ੀ ਖੜੋ, ਇਹਨੂੰ ਭਾਵੇਂ ਥਾਣੇ ਫੜਾ ਦਿਓ, ਜਿੱਥੇ ਮਰਜ਼ੀ ਆ, ਪਰ ਬੱਚੇ ਤਾਂ ਸਾਨੂੰ ਇੰਨਾ ਵਿਸ਼ਵਾਸ ਕਿ ਬੱਚੇ ਨੇ ਫੋਨ ਨਹੀਂ ਚੁੱਕਿਆ, ਸਾਡੇ ਘਰੇ ਫੋਨ ਰਹਿੰਦਾ ਵੱਡਾ ਵੱਡਾ, ਅਤੇ ਉਹਦੇ ਕਦੀ ਗਾਂਹ ਛਾਂ ਹੋਇਆ ਨਹੀਂ ਆ, ਅਤੇ ਉਹ ਗਲੀਓ ਬਾਹਰ ਚਲੇ ਗਏ। ਮੈਂ ਫਿਰ ਸਰ ਜੀ ਨੂੰ ਕਿਹਾ, ਸਰ ਜੀ ਹੁਣ ਨਹੀਂ ਹੋਣੇ ਚਾਹੀਦੇ, ਉਹ ਤਾਂ ਇੱਦਾਂ ਧਮਕੀਆਂ ਦੇਣ ਦੇ। ਸਰ ਕਹਿੰਦੇ ਤੁਹਾਨੂੰ ਕੁਛ ਸਿਸਟਰ ਕਹਿਣਗੇ ਨਹੀਂ, ਉਹ ਜਾ ਚੁੱਕੇ ਆ। ਉਹ ਜਾਣ ਲੱਗੇ, ਜਿੰਨੇ ਵੀ ਗੱਡੀ ਵਾਲੇ ਸੀ ਉਹ ਮੈਨੂੰ ਮਿਲ ਕੇ ਗਏ, ਔਰ ਕਹਿੰਦੇ ਸਿਸਟਰ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਹੀਂ ਲੈਣੀ, ਜੇ ਬੱਚਾ ਤੁਹਾਡਾ ਨਹੀਂ ਗਲਤ ਤਾਂ ਨਹੀਂ ਹੋਏਗਾ। ਪਰਮਾਤਮਾ ਨੇ ਉਹਨਾਂ ਦਾ ਇੰਨਾ ਮੂੰਹ ਬਦਲਿਆ ਕਿ ਸਾਡੇ ਘਰ ਤੱਕ ਅਜੇ ਤੱਕ ਨਹੀਂ ਵਾਪਸ ਆਏ, ਔਰ ਸਾਨੂੰ ਦੂਜੇ ਦਿਨ ਉਹਨਾਂ ਨੇ ਫੋਨ ਕੀਤਾ ਕਿ ਸਾਡਾ ਫੋਨ ਲੱਭ ਗਿਆ ਵਾ। ਔਰ ਮੈਂ ਪਰਮਾਤਮਾ ਦੇ ਇੰਨਾ ਧੰਨਵਾਦ ਕਰਦੀ ਹਾਂ ਕਿ ਪਰਮਾਤਮਾ ਜੋ ਮੇਰੇ ਬੱਚੇ 'ਤੇ ਬਲੇਮ ਲੱਗਾ ਸੀ, ਤੁਸੀਂ ਮੇਰੇ ਬੱਚੇ ਦੇ ਉੱਤੋਂ ਬਲੇਮ ਲਾਇਆ, ਉਹਨੂੰ ਹੋਰ ਸਾਫ਼ ਸੁਥਰਾ ਕੀਤਾ ਵਾ, ਜੋ ਵੀ ਸੰਸਾਰ ਦੀਆਂ ਗੱਲਾਂ ਉਹਦੇ ਮਨ ਦੇ ਵਿੱਚ ਉਹ ਕੱਢ ਕੇ ਆਪਣਾ ਪਵਿੱਤਰ ਵਚਨ ਉਹਦੇ ਵਿੱਚ ਭੇਜ ਚੁੱਕੇ ਹੋ, ਆਪਣੇ ਸਤਸੰਗ ਦੇ ਵਿੱਚ ਉਹਨੂੰ ਲਿਆ ਚੁੱਕੇ ਹੋ। ਪਰਮਾਤਮਾ 24 ਘੰਟੇ ਉਹ ਤੇਰਾ ਵਚਨ ਪੜ੍ਹੇ, ਤੇਰੀ ਮਹਿਮਾ ਕਰੇ, ਪਰਮਾਤਮਾ ਮੇਰੇ ਬੱਚੇ ਨੂੰ ਔਰ ਮੇਰੇ ਪਰਿਵਾਰ ਨੂੰ ਸਮਝਦਾਰੀ ਦੇ ਚੁੱਕੇ ਹੋ। ਤੇਰੇ ਬੱਚਿਆਂ ਦੇ ਨਾਲ ਮੈਂ ਜੁੜੀ ਰਵਾਂ, ਪਰਮਾਤਮਾ ਮੈਨੇ ਆਪਣੇ ਆਪ ਨੂੰ ਮੈਂ ਸਲੈਂਡਰ ਕਰ ਚੁੱਕੀ, ਮੈਂ ਤੇਰੇ